ਸਾਂਸਦ ਮਹਾਰਾਣੀ ਪਰਨੀਤ ਕੌਰ ਦੇ ਨਾਲ 23 ਲੱਖ ਰੁਪਏ ਦੀ ਠੱਗੀ ਵਾਲੇ ਕੇਸ ਵਿੱਚ ਪੰਜਾਬ ਪੁਲਿਸ ਨੂੰ ਵੱਡੀ ਸਫਲਤਾ ਮਿਲੀ ਹੈ। ਪੰਜਾਬ ਪੁਲਿਸ ਨੇ ਇਸ ਕੇਸ ਦੇ ਨਾਲ ਸੰਬੰਧੀ 3 ਵਿਅਕਤੀ ਨੂੰ ਆਪਣੀ ਹਿਰਾਸਤ ਦੇ ਵਿੱਚ ਲੈ ਲਿਆ। SSP ਮਨਦੀਪ ਸਿੰਘ ਸਿੱਧੂ ਨੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਇਹਨਾਂ ਕੋਲੋਂ 697 ਮੋਬਾਈਲ ਸਿਮ ਅਤੇ 19 ਮੋਬਾਈਲ ਬਰਾਮਦ ਕੀਤੇ ਗਏ ਨੇ, ਜਿਨ੍ਹਾਂ ਰਾਹੀਂ ਇਹ ਠੱਗੀ ਨੂੰ ਅੰਜਾਮ ਦਿੰਦੇ ਸਨ। ਪਟਿਆਲਾ ਪੁਲਿਸ ਨੇ ਪਿਛਲੇ ਸਮੇਂ ਦੇ ਵਿੱਚ ਜਿਹੜੇ ਬਹੁਤ ਸਾਰੇ ਸੈਂਸੇਸ਼ਨਲ ਕ੍ਰਾਈਮ ਡਕੈਤੀ ਹੋਈ ਅਤੇ ਜਾਂ ਗੈਂਗਸਟਰ ਨਾਲ ਇਨਕਾਊਂਟਰ ਹੋਇਆ ਅਤੇ ਦੂਜੀ ਸਟੇਟ ਤੋਂ ਜਾ ਕੇ ਆਫਟਰ ਇਨਕਾਊਂਟਰ ਜਿਹੜੇ ਗੈਂਗਸਟਰ ਨੂੰ ਅਰੈਸਟ ਕਰਨਾ, ਕੁਛ ਘੰਟਿਆਂ ਦੇ ਵਿੱਚ 12 ਤੋਂ ਲੈ ਕੇ 24 ਘੰਟਿਆਂ ਦੇ ਵਿੱਚ ਕੇਸ ਟ੍ਰੇਸ ਕੀਤੇ ਆ। ਉਸੇ ਕੜੀ ਦੇ ਵਿੱਚ ਸਾਡੇ ਕੋਲ ਇੱਕ ਇਨਫੋਰਮੇਸ਼ਨ 29 ਤਰੀਕ ਨੂੰ ਆਈ ਸੀ ਕਿ ਜਿਹੜੇ ਮੈਂਬਰ ਪਾਰਲੀਮੈਂਟ ਪਟਿਆਲਾ ਮੈਡਮ ਪਰਨੀਤ ਕੌਰ ਆ, ਉਹਨਾਂ ਦੇ ਅਕਾਊਂਟ ਦੇ ਵਿੱਚੋਂ ਇੱਕ ਜਿਹੜੇ 23 ਲੱਖ ਰੁਪਏ ਦੀ ਹੈ ਜਿਹੜੀ ਉਹ ਜਿਹੜੀ ਠੱਗੀ ਹੋ ਗਈ ਹੈ, ਉਹਦੇ ਵਿੱਚ ਅਸੀਂ ਮੁਕੱਦਮਾ ਸਿਵਲ ਲਾਈਨ ਦਰਜ ਕਰਕੇ ਇੱਕ ਤਫਤੀਸ਼ ਕੀਤੀ। ਤਫਤੀਸ਼ ਕਰਕੇ ਸਭ ਤੋਂ ਪਹਿਲਾਂ ਉਹ ਆਇਆ ਵੀ ਇਹਦੇ 'ਚੋਂ SBI ਬੈਂਕ ਨਾਲ ਤਾਲਮੇਲ ਕੀਤਾ। SBI ਬੈਂਕ ਨਾਲ ਤਾਲਮੇਲ ਕਰਨ ਤੋਂ ਬਾਅਦ ਫਿਰ ਅਸੀਂ ਉਹਦੇ 'ਚ ਪਤਾ ਲੱਗਿਆ ਸਪਾਈਸ ਇੰਡੀਆ ਗੜਗਾਓਂ ਆ, ਉਹਦੇ ਤੋਂ ਅੱਗੇ ਪਤਾ ਲੱਗਿਆ ਉਹ ਪੈਸੇ ਉਹਦੇ ਟ੍ਰਾਂਸਫਰ ਹੋਇਆ। ਉਹ 23 ਅਕਾਊਂਟ ਉਹ ਸੀ। ਉਸ ਤੋਂ ਬਾਅਦ 28 ਅਕਾਊਂਟ ਆ ਜਿਹੜੇ PTM ਜਿਹੜੇ ਉਹਦੇ 'ਚ ਪੈਸੇ ਟ੍ਰਾਂਸਫਰ ਹੋਏ ਸੀ। ਉਹ ਸਾਰਿਆਂ ਦਾ ਟ੍ਰਾਇਲ ਕਰਦਿਆਂ ਅਸੀਂ 3 ਮੁਲਜ਼ਮ ਹੈ, ਜਿਹੜਾ ਇੱਕ ਅਤੁਲ ਅੰਸਾਰੀ ਹੈ ਜਿਹੜਾ ਉਹਦੇ ਤੋਂ ਝਾਰਖੰਡ ਤੋਂ, ਜਿਹੜਾ 2 ਤਰੀਕ ਨੂੰ ਝਾਰਖੰਡ ਪੁਲਿਸ ਨਾਲ ਇਨਫੋਰਮੇਸ਼ਨ ਸ਼ੇਅਰ ਕੀਤੀ ਸੀ, ਉਹਨਾਂ ਨੇ 3 ਤਰੀਕ ਨੂੰ ਅਰੈਸਟ ਕਰ ਲਿਆ, ਉਹਨੂੰ ਅੱਜ ਲਿਆਂਦਾ, ਅਤੇ 2 ਨੂਰ ਅਲੀ ਅਤੇ ਅਫਸਰ ਅਲੀ ਹੈ ਜਿਹੜੇ ਗੋਬਿੰਦਗੜ੍ਹ ਤੋਂ, ਅਸੀਂ ਉਹਨਾਂ ਨੂੰ ਅਰੈਸਟ ਕਰ ਲਿਆ। ਇਹਨਾਂ ਕੋਲੋਂ 693 ਜਿਹੜੇ ਮੋਬਾਈਲ ਸਿਮ ਹੈ ਜਿਹੜੇ ਉਹ ਮਿਲੇ ਹੈ, ਇਸ ਤੋਂ ਇਲਾਵਾ 19 ਜਿਹੜੇ ਮੋਬਾਈਲ ਫੋਨ ਮਿਲੇ ਹੈ। ਮੋਡਸ ਓਪਰੈਂਡੀ ਇਹਨਾਂ ਦੀ ਇਹ ਸੀਗੀ ਵੀ ਇਹ ਆਮ ਕਸਟਮਰ ਨੂੰ ਕਾਲ ਕਰਦੇ ਆ, ਕਾਲ ਕਰਕੇ ਪੁੱਛਦੇ ਆ ਵੀ ਤੁਹਾਡੇ ਕੋਲ ਜਿਹੜਾ ਕੋਈ ਤੁਹਾਡਾ ਕਾਰਡ ਅਪਗ੍ਰੇਡ ਕਰਨਾ, ਅਕਾਊਂਟ ਅਪਗ੍ਰੇਡ ਕਰਨਾ, ਉਸ ਢੰਗ ਨਾਲ ਜਾਂ ਇਹਨਾਂ ਨੇ ਜਦੋਂ ਅਸੀਂ ਜਾਂ ਕੋਈ ਬੰਦਾ ਬੈਂਕ ਨਾਲ ਰਿਲੇਟਡ ਜਾਣਕਾਰੀ ਲੈਣ ਲਈ ਗੂਗਲ 'ਤੇ ਜਾ ਕੇ ਸਰਚ ਕਰਦਾ ਤਾਂ ਉਹਦੇ ਵਿੱਚ ਇਹਨਾਂ ਨੇ ਇਸ ਢੰਗ ਦੇ ਆਪਦੇ ਨੰਬਰ ਪਾਏ ਹੋਏ ਆ, ਮੋਸਟ ਸਰਚ ਨੰਬਰ ਆਉਂਦੇ ਆ ਉਹਦੇ ਵਿੱਚ ਇਹਨਾਂ ਦੇ ਨੰਬਰ ਆ ਜਾਂਦੇ ਆ। ਜਦੋਂ ਇਹਨਾਂ ਨੂੰ ਕਾਲ ਕਰਦਾ ਤਾਂ ਉਹ ਸ਼ੋਰ ਸ਼ਾਟ ਹੁੰਦਾ, ਇਹ ਕਹਿੰਦੇ ਜੀ ਹਾਂਜੀ ਤੁਹਾਡੀ ਪ੍ਰੋਬਲਮ ਅਸੀਂ ਸੋਲਵ ਕਰਦੇ ਹਾਂ ਅਤੇ ਉਹਦੇ ਨਾਲ ਹੀ ਡੀਲ ਮਾਰਦੇ। ਅਸੀਂ ਜਿਹੜੇ ਇੱਕ ਸਪਾਈਸ ਇੰਡੀਆ ਦਾ ਸੀਨੀਅਰ ਜਿਹੜਾ ਮੈਨੇਜਰ ਉੱਥੋਂ ਗੁੜਗਾਓਂ ਤੋਂ ਕਾਲ ਕੀਤਾ ਸੀਗਾ, ਉਹਦੇ ਤੋਂ ਅਕਾਊਂਟ ਡਿਟੇਲਸ ਲਈਆਂ ਹੋਈਆਂ। ਇਹ ਅਕਾਊਂਟ ਡਿਟੇਲ ਲੈ ਕੇ ਫਿਰ ਅੱਗੇ ਅਸੀਂ ਉਹਨਾਂ ਨੂੰ ਸਾਰਿਆਂ ਨੂੰ ਚੈੱਕ ਕਰ ਰਹੇ ਹਾਂ। ਇਹਦੇ ਵਿੱਚ ਬੇਸਿਕਲੀ ਇਹ ਹੈ ਲਾਸਟ ਦੇ ਵਿੱਚ ਜਦੋਂ PTM ਦੇ ਵਿੱਚ ਪੈਸੇ ਚਲੇ ਜਾਂਦੇ ਆ, ਫਿਰ ਅੱਗੇ ਇਹਨਾਂ ਨੇ ਛੋਟੇ ਛੋਟੇ ਉਹ ਜਿਵੇਂ ਖੋਖੇ ਖੋਲੇ ਹੋਏ ਆ, ਖੋਖਿਆਂ ਦੇ ਵਿੱਚ ਕਿਸੇ ਨੇ ਬਿਜਲੀ ਦਾ ਬਿੱਲ ਭਰਾਉਣਾ, ਹੋਰ ਬਿੱਲ ਭਰਾਉਣਾ, ਉਹ ਪੈਸੇ ਆ ਜਿਹੜੇ ਉਹਦੇ ਵਿੱਚੋਂ ਇਹ ਉਹਦੇ ਤੋਂ ਕੈਸ਼ ਪੈਸੇ ਲੈ ਕੇ ਔਨਲਾਈਨ ਪੈਸੇ ਹੀ ਅੱਗੇ ਟ੍ਰਾਂਸਫਰ ਕਰ ਦਿੰਦੇ ਆ। ਨਹੀਂ ਇਹਨੂੰ ਬਿਲਕੁਲ ਤੁਹਾਡਾ ਵੈਲਿਡ ਕੁਐਸਚਨ ਹੈ ਵੀ ਜਿਹੜਾ ਮੈਨੂੰ ਲੱਗਦਾ ਇਹ ਹੈ ਜਿਸ ਢੰਗ ਦੀ ਪਲਾਸਟਿਕ ਮਨੀ ਨੂੰ ਟ੍ਰਾਂਸਫਰ ਕਰਨ ਲਈ ਜਾਂ ਜਿਹੜੇ ਮੈਂਬਰ ਪਾਰਲੀਮੈਂਟੇਰੀਅਨ ਹੈ SBI ਬੈਂਕ ਦੇ ਵਿੱਚ ਉਹ ਜਿਹੜੇ ਪੈਸੇ ਖਾਤਾ ਖੋਲਦਾ, ਇਹਦੇ ਵਿੱਚ ਜਿਹੜੀ ਸਟ੍ਰੇਂਜ ਗੱਲ ਹੈ ਜਿੰਨੀਆਂ ਵੀ ਸਾਡੇ ਕੋਲ ਕੰਪਲੇਂਟਸ ਆਉਂਦੀਆਂ 10 ਦੇ ਵਿੱਚੋਂ 9 ਹੈ ਜਿਹੜੀਆਂ ਉਹ SBI ਨਾਲ ਰਿਲੇਟਡ ਜਿਹੜੀਆਂ ਸਟੇਟ ਬੈਂਕ ਆਫ ਇੰਡੀਆ ਨਾਲ ਆਉਂਦੀਆਂ। ਮੈਨੂੰ ਲੱਗਦਾ ਫਾਇਰ ਵਾਲਸ ਅਤੇ ਜਾਂ ਸਿਕਿਉਰਿਟੀ ਸਿਸਟਮ ਉਹਨਾਂ ਦਾ ਅਪਗ੍ਰੇਡ ਕਰਨ ਵਾਲਾ ਹੈ ਵੀ ਜਿਹਦੇ ਵਿੱਚ ਇਹ ਦਿੱਕਤ ਹੈ। ਪਰ ਇਹਦੇ ਨਾਲ ਨਾਲ ਅਸੀਂ ਪੰਜਾਬ ਪੁਲਿਸ ਦੇ ਜਿਹੜਾ ਇਹ ਸਾਡਾ ਸਾਈਬਰ ਫਰੋਡ ਦਾ ਇਹ ਥੋੜ੍ਹੇ ਜਿਹੇ ਸਮੇਂ ਦੇ ਵਿੱਚ ਪਿਛਲੇ 4-5 ਮਹੀਨਿਆਂ 'ਚ 4th ਕੇਸ ਹੈ ਪਟਿਆਲਾ ਪੁਲਿਸ ਦਾ ਜਿਹੜਾ ਅਸੀਂ ਟਰੇਸ ਕਰਨ ਦੇ ਵਿੱਚ ਕਾਮਯਾਬ ਹੋਏ ਹਾਂ। ਇਵੇਂ ਜਿਹੜੀਆਂ ਠੱਗੀਆਂ ਮਰੀਆਂ ਸੀ, ਪਰ ਇਹਦੇ ਨਾਲ ਨਾਲ ਬਹੁਤ ਸਾਰੇ ਕੇਸਿਸ ਦਾ ਟ੍ਰਾਇਲ ਹੋ ਜਾਂਦਾ। ਇੱਕ ਹੋਰ ਜਿਹੜੀ ਇਹਦੇ 'ਚ ਹੈਰਾਨਗੀ ਵਾਲੀ ਗੱਲ ਤੁਹਾਨੂੰ ਦੱਸਦਾ, ਇਹ 48 ਐਪ ਯੂਜ਼ ਕਰਦੇ ਆ ਜਿਹਦੇ ਵਿੱਚੋਂ ਹੈਗਾ ਓਲਾ ਮਨੀ, PTM, ਸਪਾਈਸ ਮਨੀ, ਪੇਫੋਨ, ਪੇ ਨੀਅਰ ਬਾਏ, ਏਅਰਟੈੱਲ ਮਨੀ,
ਤੇ ਬੀਮ ਤੇ ਐਮਾਜ਼ੋਨ ਪੇ, ਯੂਡੀਓ ਪੇ, ਮੌਕ, ਈਜੀ ਪੇ, ਪੇ ਵਰਲਡ, ਜਿਹੜੇ 48 ਇਹਨਾਂ ਦੇ ਅੱਗੇ ਮਨੀ ਵਾਲਟ, ਜਿਹੜੇ ਮਨੀ ਵਾਲਟਸ ਹੈ ਜਿਹਦੇ ਵਿੱਚ ਪੈਸੇ ਟ੍ਰਾਂਸਫਰ ਕਰਕੇ ਅੱਗੇ ਉਹਨੂੰ ਉਹ ਪਲੇ ਕਰਦੇ। ਸਰ ਕਾਫੀ ਸਮੇਂ ਤੋਂ ਚੱਲ ਰਿਹਾ ਸੀਗਾ ਵੀ ਹੁਣ ਇਹ ਚਾਨਣੇ 'ਚ ਆਇਆ, ਜਿਸ ਤਰ੍ਹਾਂ ਆਪਾਂ ਕਹਿ ਸਕਦੇ ਇੰਨੇ ਸਿਮ ਬਰਾਮਦ ਹੋਏ ਨੇ ਜੀ, ਫੋਨ ਬਰਾਮਦ ਹੋਏ। ਨਹੀਂ, ਇਹਦੇ ਵਿੱਚੋਂ ਇਹ ਕਹਿ ਲਓ ਇਹ ਜਿਹੜੇ ਹੈ ਇਹ ਇਹਨਾਂ ਨੂੰ ਸਾਈਬਰ ਡਕੈਤਾਂ ਨੂੰ, ਇਹਨੂੰ ਕੋਈ ਜਿਸ ਸ਼ਹਿਰ ਦੇ ਵਿੱਚ ਠੱਗੀ ਮਾਰਨੀ ਹੈ ਉਸ 'ਚ ਬੈਠੇ ਹੋਣ ਦੀ ਲੋੜ ਨਹੀਂ। ਜਿਵੇਂ ਆਪਣੀ ਜਿਹੜੀ ਠੱਗੀ ਦੀ ਜਿਹੜੀ ਕਿ ਫੇਮਸ ਹੈ, ਜਦੋਂ ਸਾਡੀ ਪੁਲਿਸ ਪਾਰਟੀ ਗਈ ਤਾਂ ਉਹਨਾਂ ਨੇ ਦੱਸਿਆ ਵੀ ਜਮਤਾਰਾ ਜਿਹੜਾ ਹੈ ਇੱਕ ਇੰਡੀਆ ਦਾ ਹੱਬ ਬਣ ਚੁੱਕਿਆ ਹੈ, ਜਿਹੜੇ ਸਾਈਬਰ ਡਕੈਤ ਹੈ ਜਿਹੜੇ ਜਮਤਾਰਾ ਉੱਥੇ ਬੈਠਦੇ ਹੈ। ਇਸ ਕਰਕੇ ਇਹਨੂੰ ਕਹਿੰਦੇ ਹੋ ਵੀ ਜਿਹੜੀ ਸਾਈਬਰ ਦੀ ਠੱਗੀ ਲਈ, ਔਨਲਾਈਨ ਠੱਗੀ ਲਈ, ਇਹ ਜ਼ਰੂਰੀ ਨਹੀਂ ਗਾ ਵੀ ਇੱਥੋਂ ਹੋ ਰਿਹਾ। ਉਹ ਬੰਦੇ ਆ ਜਿਹੜੇ ਟੌਪ 'ਤੇ ਜਿਹੜੇ ਗਾਂਹ ਬੰਦੇ ਆ, ਉਹ ਅਜੇ ਅਸੀਂ ਉਹਨਾਂ ਨਾਲ ਸ਼ੇਅਰ ਕਰਾਂਗੇ, ਉਹਦੇ ਨਾਲ ਝਾਰਖੰਡ ਪੁਲਿਸ ਨਾਲ। ਉਹ ਬੰਦਿਆਂ ਦਾ ਨਹੀਂ, ਸਾਡੇ ਕੋਲ 3 ਬੰਦੇ ਆ ਜਿਹੜੇ ਐਂਡ ਲੈਵਲ 'ਤੇ ਕੰਮ ਕਰ ਰਹੇ ਸੀਗੇ, ਉਹ ਬੰਦੇ ਨੂੰ ਅਸੀਂ ਫੜਨ 'ਚ ਕਾਮਯਾਬ ਹੋਏ ਹਾਂ। ਇਹ 23 ਲੱਖ ਦਾ 23 ਲੱਖ ਜਿਹੜਾ ਅਮਾਊਂਟ ਹੈ, ਜਿਹੜੀ ਸਾਨੂੰ ਇਨਫੋਰਮੇਸ਼ਨ ਦੇ ਮੁਤਾਬਕ ਅਸੀਂ ਇਹਨੂੰ ਫਰੀਜ਼ ਕਰਨ 'ਚ ਕਾਮਯਾਬ ਹੋਏ ਹਾਂ। ਉਹ ਕੋਈ ਕਿਸੇ ਦਾ ਪ੍ਰੋਸੈਸ 60 ਦੇਣਾ, ਕਿਸੇ ਦਾ 30 ਦੇਣਾ, ਹੋਪਿੰਗ ਉਹ ਸਾਰੇ ਪੈਸੇ ਆ ਜਿਹੜੇ ਮੈਂਬਰ ਪਾਰਲੀਮੈਂਟ ਮੈਡਮ ਪ੍ਰਨੀਤ ਕੌਰ ਦੇ ਅਕਾਊਂਟ ਦੇ ਵਿੱਚ ਵਾਪਸ ਆ ਰਿਹਾ ਵੀ ਇੱਕ ਜਿਵੇਂ ਭੀਮ ਦੇ ਵਿੱਚ ਕਰ ਲਿਆ ਜਾਂ ਪੇਟੀਐਮ ਦੇ ਵਿੱਚ ਕਰ ਲਿਆ, ਇੱਕ ਸਿਮ ਨੂੰ ਇੱਕ ਕਸਟਮਰ ਨਾਲ ਡੀਲ ਕਰਕੇ, ਭਾਵੇਂ ਤਾਂ 15,000 ਦੀ ਠੱਗੀ ਜਾਂ 15 ਜਿਹੜੀ ਅਦੇ ਵੀ ਸਾਡੀ ਇੰਨਾ ਅਮਾਊਂਟ ਸਾਨੂੰ ਕਾਲ ਆਇਆ ਜਿਹਦੇ ਵਿੱਚੋਂ ਆਇਆ, ਨੋਟ ਕੇ ਪਟਿਆਲੇ ਦੇ ਵਿੱਚੋਂ ਬਹੁਤ ਸਾਰੇ ਲੈਵਲ 'ਤੇ ਦੱਸ ਦਿੰਦੇ ਆ, ਉਹਦੇ ਵਿੱਚ ਆਪਦੇ ਅਕਾਊਂਟ ਮੋਬਾਈਲ ਨੰਬਰ ਦੇ ਵਿੱਚ ਮੈਸੇਜ ਆਉਣੇ ਸ਼ੁਰੂ ਹੋ ਜਾਂਦੇ ਆ ਅਤੇ ਉਦੋਂ ਬਾਅਦ ਇਹ ਸਾਰਾ ਸਰ ਇਹ ਜਿਹੜੀ ਇਨਵੈਸਟੀਗੇਸ਼ਨ ਹੈ ਸਿਰਫ ਇਸੇ ਕੇਸ ਤੱਕ ਰਹੇ? ਜੇ ਇਸੇ ਕੇਸ ਤੱਕ ਹੁੰਦੀ ਤਾਂ 693 ਕਾਰਡ ਜਿਹੜੇ ਮੈਂਬਰ ਪਾਰਲੀਮੈਂਟ ਦੀ ਜਿਹੜੀ ਠੱਗੀ ਹੋਈ ਆ ਉਹ ਇੱਕ ਪਰਪਸ ਇਹਦੇ 'ਚ ਇਸ ਲੈਵਲ 'ਤੇ ਇਹ ਹੈ, ਉਹਨਾਂ ਨੇ ਮੈਂਬਰ ਪਾਰਲੀਮੈਂਟ ਨੇ ਵੀ ਸਾਨੂੰ ਵਾਰ ਵਾਰ ਕਿਹਾ, ਕਹਿੰਦੇ ਇਸੇ ਤਰ੍ਹਾਂ ਦੀਆਂ ਬਹੁਤ ਸਾਰੀਆਂ ਠੱਗੀਆਂ ਲਈ ਉਹਨਾਂ ਨੂੰ ਲੋਕ ਕਹਿੰਦੇ ਰਹਿੰਦੇ ਆ। ਇਹ ਜਿਹੜੇ 693 ਅਸੀਂ ਇਹ ਕਿਹਨਾਂ ਨੇ ਇਸ਼ੂ ਕੀਤੇ ਆ, ਕਿਹੜੇ ਕਿਹੜੇ ਨੰਬਰ ਸੀ, ਕਿੱਥੇ ਸੀ, ਉਹ ਸਾਰੀਆਂ ਡਿਟੇਲਸ ਲੈ ਕੇ, ਲੰਮਾ ਪ੍ਰੋਸੈਸ ਹੈ ਜਿਹੜੀ ਸਾਈਬਰ ਇਨਵੈਸਟੀਗੇਸ਼ਨ ਹੈ, ਇਹ ਕੁਇਕੈਸਟ ਨਹੀਂ, ਪਰ ਅਸੀਂ ਕੁਇਕੈਸਟ ਕਿਉਂਕਿ ਜਿਹੜੀ ਸਾਡੇ ਸਾਈਬਰ ਸੈੱਲ ਦੇ ਇੰਚਾਰਜ ਆ, ਸਬ ਇੰਸਪੈਕਟਰ ਹੈ ਹਰਮਨ ਹਾਂਸ, SP City SPD ਇੰਸਪੈਕਟਰ, CIA ਜਿਹੜੀ ਸਾਡੀ ਟੀਮ ਹੈ ਜਿਹਨੂੰ। ਪਟਿਆਲਾ ਤੋਂ ਤਰੁਣ ਮਹਿਤਾ ਦੀ ਰਿਪੋਰਟ।